ਅਤੇ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜੇ ਨੇ ਐਸ ਜੀ ਪੀ ਸੀ ਤੋਂ। ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ। ਬੀਤੇ ਦਿਨੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਖਾਲਿਸਤਾਨੀ ਸਮਰਥਕ ਨਹੀਂ ਨੇ, ਇਸ ਕਰਕੇ ਉਹਨਾਂ ਤੋਂ ਐੱਨ ਐੱਸ ਏ ਹਟਾਈ ਜਾਣੀ ਚਾਹੀਦੀ ਹੈ। ਪਰ ਹੁਣ ਇੱਕ ਟਵੀਟ ਆਇਆ ਹੈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਹੀ ਇਹ ਹੈਂਡਲ ਹੈ, ਜਿਹਦੇ ਵਿੱਚ ਉਹ ਕਹਿੰਦੇ ਕਿ ਖਾਲਸਾ ਰਾਜ ਦਾ ਸੁਪਨਾ ਲੈਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ, ਕੋਈ ਗੁਨਾਹ ਨਹੀਂ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਹਰ ਬੰਦਾ ਆਪਣੀ ਇੱਕ ਵਿਚਾਰ ਲੈ ਕੇ ਚੱਲਦਾ ਜੀ, ਤੇ ਉਹ ਜਿਸ ਵਿਚਾਰ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਇਸ ਵਿਚਾਰਧਾਰਾ ਨਾਲ ਲੜਾਈ ਵੀ ਲੜ ਰਹੇ ਆ ਤੇ ਆਪਣਾ ਸਮਰਥਨ ਵੀ ਦੇ ਰਹੇ ਆ। ਉਸ ਗੱਲ ਲਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਵੀ ਜਦੋਂ ਗੱਲ ਕੀਤੀ ਸੀ ਆਉਂਦਿਆਂ ਸਾਰ ਹੀ, ਉਦੋਂ ਵੀ ਇਹੀ ਗੱਲ ਕੀਤੀ ਸੀ, ਤੇ ਅੱਜ ਉਹਨਾਂ ਦੇ ਮਾਤਾ ਨੇ ਕਿਵੇਂ ਕਿਹਾ ਕਿਵੇਂ ਨਹੀਂ ਕਿਹਾ, ਚਲੋ ਮੈਂ ਤਾਂ ਵਿਵਾਦ 'ਚ ਹੀ ਪਾਉਣਾ ਚਾਹੁੰਦਾ। ਅੱਜ ਅੰਮ੍ਰਿਤਪਾਲ ਨੇ ਜੇ ਕਿਹਾ ਵਾ ਤੇ ਆਪੋ ਆਪਣਾ ਹਰ ਬੰਦਾ ਆਜ਼ਾਦ ਹੈ ਆਪਣੀ ਵਿਚਾਰਧਾਰਾ ਦੇ ਤੌਰ 'ਤੇ। ਪ੍ਰਗਰੇਵਾਲ ਸਾਹਿਬ, ਖਾਲਸਾ ਰਾਜ ਨੂੰ ਖਾਲਿਸਤਾਨ ਦੇ ਜ਼ਰੀਏ ਹੀ ਹਾਸਲ ਕਰਨ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਕਿ ਇਹ ਵੱਖਵਾਦੀ ਸੋਚ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਜਾਂਦੇ ਨੇ, ਤੁਹਾਨੂੰ ਲੱਗਦਾ ਕਿ ਇਸ ਬਿਆਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਉੱਤੇ ਐੱਨ ਐੱਸ ਏ ਹਟਾਉਣ ਦੀ ਜਿਹੜੀ ਮੰਗ ਹੈ ਉਹਦੇ ਉੱਤੇ ਸਵਾਲ ਉੱਠਣਗੇ ਕਿ ਵੇਖੋ ਅੰਮ੍ਰਿਤਪਾਲ ਸਿੰਘ ਤਾਂ ਹਾਲੇ ਵੀ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ ਅਤੇ ਉਹਨਾਂ 'ਤੇ ਐੱਨ ਐੱਸ ਏ ਜਿਹੜੀ ਹੈ ਉਹ ਠੀਕ ਲਾਈ ਗਈ ਹੈ, ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਤਾਂ ਕਹਿਣਗੇ ਇਸ ਗੱਲ ਨੂੰ? ਦੇਖੋ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਖਾਲਿਸਤਾਨ ਨਾਂ ਦੀ ਗੱਲ ਹੈ, ਇਹ ਗੱਲ ਦਾ ਉਪਜਣਾ ਆਪਣੇ ਇਹਦੇ ਪਿੱਛੇ ਬੜਾ ਵੱਡਾ ਇੱਕ ਜਿਵੇਂ ਕਹਿੰਦੇ ਨਾ ਵੀ ਵਿਤਕਰਾ ਵਾ, ਉਸ ਵਿਤਕਰੇ ਤੋਂ ਬਾਅਦ ਜਿਹੜੀਆਂ ਇਹ ਗੱਲਾਂ ਉੱਠੀਆਂ, ਉਹ ਕੋਈ ਹਥਿਆਰਬੰਦ ਲੜਾਈ ਵੀ ਚੱਲੀ, ਉਹ ਕੋਈ ਵਿਚਾਰਧਾਰਕ ਲੜਾਈ ਵੀ ਚੱਲੀ, ਉਹ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਸ ਦਾਰੀਆਂ ਉੱਠੀਆਂ, ਉਹਦਾ ਕਾਰਨ ਹੈ ਸਰਕਾਰਾਂ ਨੂੰ ਐੱਨ ਐੱਸ ਏ ਇਸ ਮੁੱਦੇ 'ਤੇ ਐੱਨ ਐੱਸ ਏ ਲਾਉਣ ਦੀ ਗੱਲ ਦਾਅਵੇਦਾਰੀ ਕਰ ਰਹੇ ਆ, ਵੱਖਰੀ ਗੱਲ ਆ। ਪਰ ਇਹਦੇ ਪਿੱਛੇ ਜਿਹੜੇ ਕਾਰਨ ਬਣੇ ਜਿਹਦੇ ਕਰਕੇ ਸਾਰੀ ਆਵਾਜ਼ ਉੱਠੀ, ਕਿਉਂ ਦੇਸ਼ ਨੂੰ ਤਾਂ ਆਜ਼ਾਦ ਕਰਾਇਆ ਸਿੱਖਾਂ ਨੇ, ਅਸੀਂ ਇੱਕ ਹੋਰ ਆਜ਼ਾਦੀ ਦੀ ਗੱਲ ਕਰਨ ਲੱਗ ਗਏ ਹਾਂ, ਪਰ ਆਜ਼ਾਦ ਤਾਂ ਸਿੱਖਾਂ ਨੇ ਦੇਸ਼ ਨੂੰ ਕਰਾਇਆ ਸੀ ਨਾ ਜੀ। ਮੈਂ ਇਸ ਵਿਵਾਦ 'ਚ ਨਹੀਂ ਪਾਉਂਦਾ ਕਿਸੇ ਨੂੰ ਘੱਟ ਕਹਾਂ ਕਿਸੇ ਨੂੰ ਵੱਧ ਕਹਾਂ, ਸਭ ਨੇ ਯੋਗਦਾਨ ਪਾਇਆ, ਕਿਸੇ ਨੇ ਇੱਕ ਪੈਸੇ ਪਾਇਆ, ਪਰ ਸਿੱਖਾਂ ਦਾ ਯੋਗਦਾਨ 95% ਆ, 90% ਤੋਂ ਉੱਤੇ ਆ। ਇਸ ਕਰਕੇ ਇਹ ਜਿਹੜੇ ਕਾਰਨ ਉੱਠੇ ਆ, ਸਰਕਾਰਾਂ ਨੂੰ ਇਹ ਕਾਰਨ ਪੜਚੋਲਣੇ ਚਾਹੀਦੇ ਆ। ਸੋ ਇਸ ਕਰਕੇ ਅੰਮ੍ਰਿਤਪਾਲ ਦਾ ਆਪਣਾ ਵਿਚਾਰਧਾਰਾ ਵਾ, ਉਹਨੇ ਜਿਹੜਾ ਬਿਆਨ ਦਿੱਤਾ ਤੇ ਉਹ ਪਰ ਕੀ ਇਹ ਬਿਆਨ ਉਹਨਾਂ ਦੀ ਰਿਹਾਈ ਦੇ ਵਿੱਚ ਅੜਚਣ ਪੈਦਾ ਕਰ ਸਕਦਾ? ਚਲੋ ਮੈਂ ਤਾਂ ਨਹੀਂ ਇਹ ਕਹਿ ਸਕਦਾ ਖਰਚਣ ਪੈਦਾ ਕਰ ਸਕਦਾ, ਲੋਕਾਂ ਨੇ ਉਹਨੂੰ ਜਿਤਾਇਆ ਵਾ ਵੋਟਾਂ ਪਾ ਕੇ। ਮੈਨੂੰ ਲੱਗਦਾ ਨਹੀਂ ਕਿ ਲੋਕਤੰਤਰ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਖਾਲਿਸਤਾਨ ਦੀ ਗੱਲ ਕਰਦੇ ਆ। ਇਹਨੂੰ ਕਿੱਦਾਂ ਲੈਂਦੀ ਆ ਸਰਕਾਰ, ਮੈਂ ਨਹੀਂ ਇਸ ਗੱਲ ਬਾਰੇ ਕਹਿ ਨਹੀਂ ਸਕਦਾ, ਪਰ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ, ਸਰਕਾਰ ਦੀ ਇਹ ਜ਼ਰੂਰਤ ਆ ਜੀ। ਜੀ ਸ਼ੁਕਰੀਆ, ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਗੱਲਬਾਤ ਕਰਨ ਲਈ। ਸੋ ਗੁਰਚਰਨ ਸਿੰਘ ਗਰੇਵਾਲ ਜਿਨ੍ਹਾਂ ਨੇ ਕਿਹਾ ਹੈ ਕਿ ਖਾਲਸਾ ਰਾਜ ਦੀ ਗੱਲ ਕਰਨ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ, ਅਤੇ ਖਾਲਿਸਤਾਨ ਦੀ ਮੰਗ ਜੇਕਰ ਉੱਠਦੀ ਹੈ ਤਾਂ ਇਸ ਦੇ ਪਿਛੋਕੜ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਕਿਉਂ ਵਾਰ ਵਾਰ ਇਹ ਮੰਗ ਜਿਹੜੀ ਹੈ ਉਹ ਉੱਠਦੀ ਹੈ, ਅਤੇ ਸਿੱਖਾਂ ਦੇ ਨਾਲ ਜੋ ਵਿਤਕਰਾ ਹੁੰਦਾ ਹੈ ਉਹ ਇਸ ਦੀ ਜੜ੍ਹ ਦੇ ਵਿੱਚ ਬੈਠਾ ਹੈ ਕਿ ਉਹਨਾਂ ਨੂੰ ਜਦੋਂ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਅਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਹਨਾਂ ਨੇ ਕਿਹਾ ਹੈ ਕਿ ਬਿਲਕੁਲ ਇਹ ਬਿਆਨ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵੱਲੋਂ ਆਇਆ ਹੈ, ਅਤੇ ਉਹਨਾਂ ਨੇ ਕਿਹਾ ਕਿ ਉਹ ਵੀ ਖਾਲਸਾ ਰਾਜ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਵਾਲੀ ਗੱਲ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਖਾਲਸਾ ਰਾਜ ਦੀ ਮੰਗ ਕਰਨਾ ਕੁਝ ਵੀ ਗਲਤ ਨਹੀਂ ਹੈ, ਕੋਈ ਗੁਨਾਹ ਨਹੀਂ ਹੈ।